ਵੈਲਕਮ ਡਿਪਟੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਵੇਂ ਕਿ ਬਾਏ ਇਲੈਕਸ਼ਨ 10 ਜੁਲਾਈ ਨੂੰ ਜਲੰਧਰ ਵੈਸਟ ਦੇ ਵਿੱਚ ਕਰਵਾਏ ਜਾ ਰਹੇ ਨੇ ਤੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜਿਹੜੇ ਆ ਆਪਣੇ ਵੱਲੋਂ ਰੈਲੀਆਂ ਜਿਹੜੀਆਂ ਕੱਢੀਆਂ ਜਾ ਰਹੀਆਂ ਤੇ ਅੱਜ ਜਲੰਧਰ ਦੇ ਵਿੱਚ ਭਗਵੰਤ ਮਾਨ ਜੋ ਪੰਜਾਬ ਦੇ ਸੀਐਮ ਨੇ ਉਹਨਾਂ ਵੱਲੋਂ ਰੈਲੀ ਕੱਢੀ ਜਾ ਰਹੀ ਹੈ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ ਜਲੰਧਰ ਦੀਆਂ ਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਜਿਹੜੀ ਆ ਰੈਲੀ ਕੱਢੀ ਜਾ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਗੱਲ ਕਰੀਏ ਕਿ ਜਿਹੜੇ ਬਾਏ ਇਲੈਕਸ਼ਨ ਜਲੰਧਰ ਦੇ ਵਿੱਚ ਕਰਵਾਏ ਜਾ ਰਹੇ ਨੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ, ਕੀ ਲੱਗਦਾ ਕਿ ਫਤਿਹ ਹਾਸਲ ਕਰਨਗੇ? ਦੇਖੋ ਜੀ, ਜੋ ਮੈਦਾਨ ਦੇ ਵਿੱਚ ਆਉਂਦਾ ਜਿੱਤਣ ਵਾਸਤੇ ਆਉਂਦਾ ਜੀ, ਹੈਨਾ, ਤੇ ਮਿਹਨਤ ਵੀ ਜਿੱਤਣ ਵਾਸਤੇ ਹੁੰਦੀ ਆ ਜੀ। ਜਿੱਤ ਹਾਰ ਦਾ ਫੈਸਲਾ ਆਵਾਮ ਨੇ ਕਰਨਾ, ਇੱਥੋਂ ਦੇ ਲੋਕਲ ਬਸਿੰਦਿਆਂ ਨੇ ਕਰਨਾ। ਤੇ ਜੋ ਮਹਿੰਦਰ ਭਗਤ ਜੀ ਦੀ ਸਵੀ ਆ ਇੱਥੋਂ, ਔਰ ਉਹਨਾਂ ਦੇ ਸ੍ਰੀ ਚੁੰਨੀ ਲਾਲ ਭਗਤ ਜੀ ਦੀ, ਉਹਨਾਂ ਦੇ ਪਰਿਵਾਰ ਦੀ, ਹੈ ਨਾ, ਵਿਰਾਸਤੀ ਰਾਜਨੀਤੀ ਉਹਨਾਂ ਦੇ ਕੋਲ, ਜੋ ਉਹਨਾਂ ਦੀ ਛਵੀ ਹੈ, ਇੱਕ ਸਾਫ਼ ਸੁਥਰਾ ਅਕਸ ਹੈ, ਇੱਕ ਇਮਾਨਦਾਰ ਨੇ, ਬਹੁਤ ਸ਼ਰੀਫ ਪਰਿਵਾਰ ਹੈ। ਪਰ ਮੈਂ ਕਹਿੰਦਾ ਕਿ ਜਿੰਨੀਆਂ ਵੋਟਾਂ ਪਾਰਟੀ ਦੇ ਮੂੰਹ ਨੂੰ, ਉਦੋਂ ਕਿਤੇ ਜ਼ਿਆਦਾ ਉਹਨਾਂ ਦੀ ਸ਼ਰਾਫਤ ਨੂੰ ਵੋਟਾਂ ਪੈ ਰਹੀਆਂ। ਬਿਲਕੁਲ ਅਸਲ ਸੱਚਾਈ। ਗੱਲ ਕਰੀਏ ਕਿ 2 ਸਾਲ ਪਹਿਲੇ ਸ਼ੀਤਲ ਉਂਗਰਾਲ ਇਸ ਪਾਰਟੀ 'ਚ ਸਨ, ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਗਏ, ਕਹਿੰਦੇ ਜੀ ਕਿ ਕੰਮ ਨਹੀਂ ਹੋ ਰਹੇ ਇਸ ਕਰਕੇ ਮੈਂ ਪਾਰਟੀ ਛੱਡ ਕੇ ਬੀਜੇਪੀ 'ਚ ਜਾਂਦਾ ਵਾਂ। ਵੇਖੋ, ਇੱਕ ਬੇਨਤੀ ਕਰਨ ਲੱਗਾ, ਇੱਕ ਛੋਟਾ ਜਿਹਾ ਕਿੱਸਾ ਸੁਣਾਵਾਂਗਾ। ਇੱਕ ਟਾਈਮ ਕਿਸੇ ਬਾਂਦਰ ਨੂੰ ਜੰਗਲ ਦਾ ਰਾਜਾ ਥਾਪ ਦਿੱਤਾ ਜੀ। ਉਹਨੇ ਬਹਾਨੇਬਾਜ਼ੀਆਂ ਕਈ ਤਰੀਕੇ ਦੀਆਂ, ਇੱਕ ਦਿਨ ਕੀ ਹੋਇਆ, ਸ਼ੇਰ ਜਿਹੜਾ ਸੀ ਅਸਲ ਸ਼ੇਰ, ਉਹ ਆ ਗਿਆ ਤੇ ਹਿਰਨ ਦੇ ਬੱਚਿਆਂ ਨੂੰ ਪੈ ਗਿਆ। ਹਿਰਨੀ ਨੇ ਜਾ ਕੇ ਬਾਂਦਰ ਨੂੰ ਕਿਹਾ ਜੀ ਕਿ ਬਾਂਦਰ ਰਾਜਾ ਜੀ, ਉਹ ਸ਼ੇਰ ਆ ਗਿਆ, ਮੇਰੇ ਬੱਚੇ ਖਾਜੂ ਜੀ। ਬਾਂਦਰ ਨੇ ਟਪੂਸੀ ਮਾਰੀ, ਤਰੇਕ ਤੇ ਚੜ ਗਿਆ, ਉਤਰਿਆ। ਉਹਨੇ ਫੇਰ ਕਿਹਾ, ਉਹ ਗਾਂ ਹੋਰ ਵੱਧ ਗਿਆ, ਮੇਰੀ ਤੇ ਘੋੜਨੇ ਦੇ ਵਿੱਚ ਵੜ ਚੱਲਿਆ, ਬਈ ਗੁਫਾ ਦੇ ਵਿੱਚ ਵੜ ਚੱਲਿਆ ਸ਼ੇਰ। ਉਹਨੇ ਸਫੈਦੇ ਤੇ ਚੜ ਗਿਆ, ਉਤਰਿਆ, ਬੇੜੀ ਤੇ ਚੜ ਗਿਆ, ਉਹ ਦਰਖਤਾਂ ਤੋਂ ਉਤਰਦਾ ਚੜਦਾ ਰਿਹਾ। ਥੱਲੇ ਉਤਰ ਕੇ ਹੋਰ ਵੀ 2-4 ਨੇ ਆ ਕੇ ਪੁੱਛਿਆ, ਬਾਂਦਰ ਰਾਜਾ ਜੀ ਕੁਝ ਕਰੋ, ਤੁਸੀਂ ਰਾਜੇ ਹੋ ਤੇ ਕੁਝ ਕਰੋ। ਉਹ ਕਹਿੰਦਾ, ਭਰਾਵਾ ਕੀ ਦੇਖਦਾ, ਮੈਂ ਤੇ ਭੱਜ ਦੌੜ ਹੀ ਕਰ ਰਿਹਾ। ਸੋ ਸ਼ੀਤਲ ਰਾਜ ਜਿਹੜਾ ਵਾ, ਉਹ ਪਬਲਿਕ ਵਾਸਤੇ ਇਸ ਤਰ੍ਹਾਂ ਦੀ ਭੱਜ ਦੌੜ ਕਰ ਰਿਹਾ। ਹੁਣ ਜੇ ਕਹਿਣਾ ਪੰਜਾਬ 'ਚ ਕਿਹੜੀ ਸਰਕਾਰ ਬੀਜੇਪੀ ਦੀ ਆ ਜਿਹੜੀ ਉਹ ਬੀਜੇਪੀ ਦੀ ਜ਼ਿਆਦਾ ਚੱਲਣ ਲੱਗ ਜੇ? ਕੰਮ ਨਾ ਕਰਨ ਆਵੇ, ਕਹਿੰਦੇ ਹੁੰਦੇ ਉੱਤੋਂ ਪਈਆਂ ਤਰਕਾਲਾਂ ਤੇ ਕਚੱਜੀ ਮਾਰੇ ਸਾਲਾਂ ਵਾਲਾ ਹਾਲ, ਠੀਕ ਹੈ ਜੀ। ਕੰਮ ਆਪ ਨੂੰ ਨਹੀਂ ਕਰਨਾ ਹੁੰਦਾ ਤੇ ਦੂਸਰਿਆਂ ਨੂੰ ਕੀ ਕਹਿਣਾ? ਹਾਂ, ਮੈਂ ਇਹ ਜ਼ਰੂਰ ਕਹਾਂਗਾ, ਸ਼ੀਤਲ ਅੰਗਰਾਲ ਦੇ ਕੰਮ ਨਹੀਂ ਹੁੰਦੇ, ਪਰ ਸੱਟੇਬਾਜ਼ੀ 'ਚੋਂ ਪੈਸਾ ਲੈਣ ਲਈ ਹੁੰਦੇ ਆ। ਬਿਲਕੁਲ। ਰਿਸ਼ਵਤ ਲੈਣ ਲਈ ਹੁੰਦੇ ਆ ਜੀ, ਡਾਕੇ ਮਾਰਨ ਲਈ, ਲੋਕਾਂ ਨੂੰ ਧਮਕਾਉਣ ਲਈ, ਗਾਲਾਂ ਕੱਢਣ ਲਈ, ਉਹ ਕੰਮ ਹੁੰਦੇ ਜੀ? ਉਹ ਕਿੱਦਾਂ ਹੁੰਦੇ ਆ? ਜੇ ਉਹ ਹੁੰਦੇ ਆ ਗਲਤ, ਤੇ ਫਿਰ ਸਹੀ ਹੋਣ ਨੂੰ ਕਿਉਂ? ਬਿਲਕੁਲ। ਸਹੀ ਅਸੀਂ ਕਰਨਾ ਨਹੀਂ ਚਾਹੁੰਦੇ, ਅਸਲੀਅਤ ਹੈ। ਕੰਮ ਕਰਨ ਦੀ ਨੀਅਤ ਨਾ ਹੋਵੇ ਤੇ ਬਹਾਨਾ ਜਿਹੜਾ ਮਰਜ਼ੀ ਕਰ ਲਈਏ। ਸਰ, ਗੱਲ ਕੀਤੀ ਸਾਡੇ ਸੱਟੇਬਾਜ਼ੀ ਦੀ, ਉੱਥੇ ਅੱਜ ਆਰੋਪ ਲਗਾਉਂਦੇ ਹੋਏ ਕੱਲ ਨਜ਼ਰ ਆਏ ਸ਼ੀਤਲ ਉਂਗਰਾਲ ਰਮਨ ਅਰੋੜਾ ਦੇ ਉੱਤੇ ਕਿ ਉਹ ਮੇਰੇ ਏਰੀਏ 'ਚ ਵੀ ਆ ਕੇ ਜਿਹੜੇ ਲੋਕ 2 ਨੰਬਰ ਦਾ ਕੰਮ ਕਰਦੇ ਉਹਨਾਂ ਤੋਂ ਪੈਸੇ ਲੈਂਦੇ ਆ। ਨਹੀਂ, ਇਹ ਤਾਂ ਜਲੰਧਰ ਦੇ ਲੋਕ ਭਲੀ ਭਾਤੀ ਜਾਣਦੇ ਨੇ ਕਿ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ। ਇਹ ਤਾਂ ਜੀ ਉਹਨਾਂ ਦੀ ਨੀਤ ਹੁੰਦੀ, ਉਹਨਾਂ ਨੂੰ ਵੀ ਪਤਾ ਕਿ ਉਹ ਕਿਸ ਵਜ੍ਹਾ ਕਰਕੇ ਬੀਜੇਪੀ 'ਚ ਸ਼ਾਮਲ ਹੋ ਗਏ ਨੇ। ਇਹ ਤਾਂ ਭਲੀ ਭਾਤੀ ਜਲੰਧਰ ਦੇ ਲੋਕ ਜਾਣਦੇ ਨੇ, ਔਰ 10 ਤਰੀਕ ਨੂੰ ਇਸ ਚੀਜ਼ ਦਾ ਉਹਨਾਂ ਨੂੰ ਨਤੀਜਾ ਭੁਗਤਣਾ ਪਏਗਾ। ਸ਼ੀਤਲ ਉਂਗਰਾਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਏਗਾ। ਇਹ ਲੋਕਾਂ ਨੇ ਜੋ ਮਨ ਬਣਾਇਆ ਹੈ, ਆਮ ਆਦਮੀ ਪਾਰਟੀ ਉਹਨਾਂ ਨੂੰ ਜਿਤਾਇਆ ਸੀ, ਪਰ ਜੇ ਉਹ ਸੱਚ ਵਾਕਿਆ ਲੋਕਾਂ ਦੀ ਨੀਤੀ ਦੇ ਖਰੇ ਉਤਰਨ ਵਾਲੇ ਹੁੰਦੇ ਤਾਂ ਉਹ ਆਮ ਆਦਮੀ ਪਾਰਟੀ 'ਚ ਰਹਿ ਕੇ ਕੰਮ ਕਰ ਸਕਦੇ ਸੀ। ਉਹ ਕਿਉਂ ਚੇਂਜ ਕੀਤਾ ਉਹਨਾਂ ਨੇ? ਇੱਕ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੂੰਗਾ ਤੁਹਾਡੇ ਸਵਾਲ ਦੇ ਉੱਤੇ ਜੀ। ਥੋੜਾ ਸਮਾਂ ਪਹਿਲਾਂ ਇੱਕ ਆਪਰੇਸ਼ਨ ਲੋਟਸ ਚੱਲਿਆ ਸੀ। ਬਿਲਕੁਲ। ਉਹਦਾ ਰੌਲਾ ਕਿੰਨੇ ਪਾਇਆ ਜੀ? ਸ਼ੀਤਲ ਉਂਗਰਾਲ ਜੀ ਨੇ ਪਾਇਆ ਨਾ ਕਿ ਮੈਨੂੰ ਵੋਟੀ ਰਕਮ ਮਿਲਦੀ ਆ, ਤੇ ਹੁਣ ਸੋਚੋ ਜੇ ਉਹ ਕਿਹਾ ਤੇ ਕਿੰਨੀ ਰਕਮ ਲਈ ਹੋਊ? ਮੈਂ ਤਾਂ ਕਹਿ ਨਹੀਂ ਰਿਹਾ, ਉਹਨਾਂ ਦੀ ਵਰਡਿੰਗ ਆ, ਮੀਡੀਆ 'ਚ ਵੀ ਹੈ, ਮੈਂ ਤਾਂ ਨਹੀਂ। ਉਹ ਤਾਂ ਕਹਿੰਦੇ ਸੀ ਕਿ ਇਹ ਜਿਹੜੇ ਇਹ ਗੱਲਾਂ ਕਰਦੇ ਸੀਗੇ ਇਹ ਉਹਨਾਂ ਦੇ ਹੀ ਲੀਡਰ ਜਿਹੜੇ ਆ ਕਰਦੇ ਸੀ, ਜਾਂ ਜਿਹੜਾ ਬਲੈਕਮੇਲ ਕਰਦੇ ਸੀਗੇ ਆਮ ਆਦਮੀ ਪਾਰਟੀ ਦੇ ਲੀਡਰ ਸਾਨੂੰ। ਦੇਖੋ ਜੀ, ਸਾਡੇ ਤੇ ਤੇ ਪਾਰਟੀ ਨੇ ਜੇ ਤੱਕ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਪਾਇਆ, ਹੋਰ ਕਿਸੇ ਤੇ ਨਹੀਂ ਪਾਇਆ। ਸ਼ੀਤਲ ਉਂਗਰਾਲ ਹੀ ਲੱਭਦਾ ਸਾਰਿਆਂ ਨੂੰ ਕੰਮ ਕਰਨ ਵਾਲਾ।
ਸਾਡੇ ਨਾਲ ਆਮ ਆਦਮੀ ਪਾਰਟੀ ਦੇ ਮਹਿਲਾ ਵਰਕਰ ਦੇ ਮਜ਼ਦੂਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਡਮ ਜਿਹੜਾ ਅੱਜ ਆਏ ਲੱਗ ਸਕਦੇ ਜਲੰਧਰ ਦੇ ਪਰ ਉਹ ਜਿਹੜੇ ਸ਼ੀਤਲ ਉਂਗਰਾਲ ਨੇ ਉਹ 2 ਸਾਲ ਪਾਰਟੀ ਛੱਡ ਕੇ ਚਲੇ ਗਏ ਸਨ। ਉਹਨਾਂ ਦਾ ਕਹਿਣਾ ਕਿ ਪਾਰਟੀ ਬਿਲਕੁਲ ਵੀ ਜਿਹੜਾ ਨਹੀਂ ਕਰ ਰਹੀ ਆ, ਜਿਹੜੀ ਆ ਕੋਸ਼ਿਸ਼ ਕਰ ਰਹੇ ਆ। ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸਰ ਗੱਲ ਕਰੀਏ ਕਿ ਕੱਲ ਜਿਹੜਾ ਇੱਕ ਲਾਈਵ ਕਰਕੇ ਸ਼ੀਤਲ ਉਂਗਰਾਲ ਆਮ ਆਦਮੀ ਪਾਰਟੀ ਦੇ MLA ਦੇ ਉੱਤੇ ਆਰੋਪ ਲਗਾਉਂਦੇ ਨੇ ਪੈਸੇ ਲੈਣ ਦਾ, ਕੀ ਕਹੋਗੇ? ਦੇਖੋ, ਜਿਹੜੇ ਆਪਣੇ ਕੱਲ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ MLA ਸਾਹਿਬ ਨੇ ਬੋਲਿਆ, ਜੋ ਵੀ ਉਹਨਾਂ ਕੋਲ ਸੱਚਾਈ ਹੈ ਤੇ ਉਹਨਾਂ ਨੇ ਕੁਛ ਬੋਲਿਆ। ਮੈਂ ਨੀ ਪੈਸੇ ਲੈ ਤੇ ਮੇਰੇ ਤੇ ਕਿੱਦਾਂ ਆਰੋਪ ਲੱਗ ਸਕਦਾ? ਇਸ ਕਰਕੇ ਜਿਹੜਾ ਕੋਈ ਪੈਸੇ ਲੈ ਰਿਹਾ ਆ, ਜਿਹਦੇ ਕੋਲ ਸਾਰੀ ਵੀਡੀਓ ਆ, ਉਹ MLA ਸਾਹਿਬ ਨੇ ਪੂਰੀ ਲੀਕ ਕਰ ਦਿੱਤੀ ਹੈ। ਉਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਬੋਲਿਆ, ਉਹਦੇ ਬ੍ਰਦਰ ਨੇ ਪੈਸੇ ਲਾਇਆ, ਜਿੰਨੇ ਵੀ ਲਾਇਆ, ਮਤਲਬ ਉਹਦੇ ਵਿੱਚ ਉਹ ਗੁਨਾਹਗਾਰ ਹੋਊਗਾ ਜੋ ਲੈ ਰਿਹਾ।